ਜਿਹਨਾਂ ਲੜੀਆਂ ਨੂੰ ਛੱਡੋ, ਇਹ ਕੋਈ ਚੀਜ਼ ਨਹੀਂ। ਪਰ ਰਸੂਲ ਕਰੀਮ ਅਲੈਹਿ ਸਲਾਤੁ ਵਸਲਾਮ ਦੇ ਬਾਰੇ ਇਸ ਤਰ੍ਹਾਂ ਦੀਆਂ ਕਹਾਣੀਆਂ ਬਹੁਤ ਮਸ਼ਹੂਰ ਹੋਈਆਂ, ਲੋਕਾਂ ਨੇ ਲਿਖੀਆਂ, ਕਈਆਂ ਨੇ ਇਹ ਤੱਕ ਲਿਖ ਦਿੱਤਾ ਵੀ ਹਜ਼ੂਰ ਜਿਹੜੇ ਨਾ ਪੈਦਾ ਹੋਇਆ ਅਤੇ ਖਤਨਾ ਹੋਇਆ। ਇਹ ਹਾਕਮ ਵੀ ਲਿਖਦੇ ਕਦ ਤਬਾਹ ਤਰਤ ਅਖਬਾਰ ਨਾਲ ਰਸੂਲ ਸਲਸਲਮ ਵਰੇ ਦਾ ਮਸਰੂਰ ਮਖਤੂਨ ਕਿ ਨਬੀ ਅਲੈਹਿ ਸਲਾਮ ਜਦੋਂ ਪੈਦਾ ਹੋਇਆ ਤਾਂ ਖਤਨੇ ਦੀ ਲੋੜ ਨਹੀਂ ਸੀ, ਪਹਿਲਾਂ ਹੀ ਖਤਨਾ ਹੋਇਆ। ਅਤੇ ਇਮਾਮ ਜ਼ਹਬੀ ਅੱਗੇ ਲਿਖਦੇ ਕੁਲ ਤੋਂ ਮਾਲਮ ਸਿਹਤ ਜ਼ਾਲਫ ਕੈਫਾ ਮੁਤਵਾਤਰਾ, ਯਾਰ ਸਹੀ ਨਹੀਂ ਲੱਭਦੀ ਗੱਲ, ਕਿਤੋਂ ਤੂੰ ਮੁਤਵਾਤਰ ਕਹਿਣ ਡਿਆ, ਮੁਤਵਾਤਰ ਤੱਕ ਤੂੰ ਕਹਿ ਦਿੱਤਾ ਬਿਆਨ ਗਿਣ ਤਾਂ ਹਦੀਸਾ ਆਉਂਦਾ, ਇੱਕ ਵੀ ਨਹੀਂ ਸਹੀ ਮੈਨੂੰ ਲੱਭੀ, ਤੂੰ ਕਿਸ ਤਰ੍ਹਾਂ ਇਹ ਕਹਿ ਦਿੱਤਾ ਕਿ ਮੁਤਵਾਤਰ। ਇਸ ਤੋਂ ਇਹ ਗਲਤ ਚੀਜ਼ਾਂ ਨੇ ਇੰਨਾ ਢੱਕ ਲਿਆ ਅਸਲ ਦੀਨ ਨੂੰ ਵੀ ਅਸੀਂ ਇਹਨਾਂ ਦੀ ਸੁਣ ਸੁਣਾਉਣ 'ਚ ਲੱਗ ਗਿਆ, ਜਰਾ ਦਿਲ ਖੁਸ਼ ਕਰ ਲਈਏ। ਜੋ ਅਮਲ ਦਾ ਮਾਮਲਾ ਸੀ ਕਿ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੂੰ ਜਿਹੜਾ ਦੀਨ ਦੱਸਿਆ ਉਹਨੂੰ ਪੱਲੇ ਬੰਨੋ, ਉਹ 'ਤੇ ਅਮਲ ਕਰੋ। ਜਿਸ ਜ਼ਮਾਨੇ 'ਚ ਅਮਲ ਹੋਇਆ ਉਦੋਂ ਦੁਨੀਆ 'ਚ ਗਲਬਾ ਹੀ ਗਲਬਾ, ਸਾਰੀ ਦੁਨੀਆ 'ਚ ਇਸਲਾਮ ਗਲਬ ਆਇਆ। ਔਰ ਜਦੋਂ ਇਹਦੀ ਬਜਾਏ ਰਸਮਾਂ ਰਹਿ ਗਈਆਂ ਵੀ ਦਿਨ ਮਨਾ ਲਓ, ਕੁਛ ਖਾ ਪੀ ਲਓ, ਅੜੇ ਦੇ ਅੰਦਰ ਵੀ ਇਮਾਮ ਫਾਕਿਆਨੀ ਰਹਿਮਤ ਉੱਲਾਹ ਲਿਖਿਆ ਵੀ ਜੇ ਖਾਣ ਪੀਣ ਦਾ ਹਿੱਸਾ ਨਾ ਹੋਵੇ, ਬਾਅਦ 'ਚ ਮਿਠਾਈ ਅਤੇ ਹਲਵੇ ਚੀਜ਼ਾਂ, ਅਤੇ ਮੌਲਵੀ ਇਹ ਵੀ ਕਦੀ ਨਾ ਕਰ। ਔਰ ਤੁਸੀਂ ਇਹ ਵੀ ਸਮਝ ਲਓ, ਬਿਲਕੁਲ ਤਜਰਬਾ ਕਰੋ ਵੀ ਅਗਰ ਕੋਈ ਸ਼ਖਸ ਫੌਤ ਹੋ ਗਿਆ ਤਾਂ ਕਿਸੇ ਮੌਲਵੀ ਨੂੰ ਬੁਲਾਇਆ ਨਾ, ਪੜ੍ਹ ਕੇ ਚਲਾ ਜਾਏ, ਪੈਸੇ ਨਾ ਦਿਓ, ਨਾ ਉਹਨੂੰ ਖਾਣ ਨਹੀਂ ਦਿਓ, ਜਗੜੀ ਵਾਰੀ ਸੱਦਿਆ ਆ ਕੇ ਮੈਨੂੰ ਪੁੱਛ ਲਿਓ, ਸਾਰਾ ਕੰਦਾ ਖਾਣ ਪੀਣ ਦਾ। ਵਰਨਾ ਇੱਕ ਆਦਮੀ ਨੇ ਸਵਾਬ ਅੱਲਾਹ ਤਾਲਾ ਦੀ ਦੁਆ ਕੀਤੀ, ਠੀਕ ਆ, ਜਿੱਥੇ ਹੋਰ ਲੋਕਾਂ ਦੁਆ ਕੀਤੀ ਤੂੰ ਹੀ ਕਰ, ਨਹੀਂ ਇੱਕ ਪੇਸ਼ਾ ਬਣਾ ਲਿਆ ਵੀ ਦੀਨ ਅਤੇ ਨਾਂ 'ਤੇ ਲੋਕਾਂ ਕੋਲ ਰੋਟੀਆਂ ਕਮਾਓ, ਉਹਦਾ ਨਾਂ ਇਸਲਾਮ ਰੱਖ ਲਓ। ਇਹਦਾ ਇਸਲਾਮ ਅੱਲਾਹ ਦੇ ਰਸੂਲ ਅਲੈਹਿ ਸਲਾਤੁ ਵਸਲਾਮ ਨੇ ਕੋਈ ਨਹੀਂ ਸਿਖਾਇਆ। ਹਜ਼ੂਰ ਪਾਕ ਸੱਲਲਾਹੁ ਅਲੈਹਿ ਵਸਲਮ ਦਾ ਜਿਹੜਾ ਦੀਨ ਹੈ ਉਹਦੇ ਅੰਦਰ ਇਹੀ ਹੈ ਵੀ ਜੋ ਸ਼ਰੀਅਤ ਲੈ ਕੇ ਅੱਲਾਹ ਦੇ ਰਸੂਲ ਆਇਆ ਉਹਦੀ ਪੈਰਵੀ ਕਰੋ। ਇਸ ਤੋਂ ਨਬੀ ਅਲੈਹਿ ਸਲਾਮ ਦਾ ਜ਼ਮਾਨਾ, ਸਾਹਾਬਾ ਇਕਰਾਮ ਦਾ ਜ਼ਮਾਨਾ, ਇਹਦੇ ਅੰਦਰ ਲੋਕਾਂ ਨੇ ਦੀਨ 'ਤੇ ਅਮਲ ਕੀਤਾ, ਇਸ ਤੋਂ ਇਲਾਵਾ ਦੂਸਰੀ ਚੀਜ਼ ਨਾਲ ਉਹਨਾਂ ਨੇ ਤਵੱਜੋ ਨਹੀਂ ਕੀਤੀ। ਤਾਂ ਨਬੀ ਕਰੀਮ ਸੱਲਲਾਹੁ ਅਲੈਹਿ ਵਸਲਮ ਦੇ ਬਾਰੇ 'ਚ ਬਹੁਤ ਸਾਰੀ ਐਸੀ ਚੀਜ਼ਾਂ ਲਿਖੀਆਂ ਗਈਆਂ ਜਿਹੜੀਆਂ ਬਿਲਕੁਲ ਗਲਤ ਆ, ਔਰ ਦਿਲ ਜਲੇ ਨਾ ਕਹਿਣਾ ਪੈਂਦਾ ਵੀ ਇਹਨਾਂ ਦੇ ਅੰਦਰ ਹੱਕ ਛੁੱਪ ਗਿਆ। ਜੋ ਅੱਲਾਹ ਦੇ ਪੈਗੰਬਰ ਅਲੈਹਿ ਸਲਾਮ ਨੇ ਅਸਲ ਸਿਖਾਇਆ ਸੀ ਉਹਦੇ ਵੱਲ ਧਿਆਨ ਨਾ ਰਿਹਾ। ਇੱਕ ਕਿੱਸਾ ਇਹ ਵੀ ਬੜਾ ਮਸ਼ਹੂਰ ਹੈ ਕਿ ਰਸੂਲ ਅਲੈਹਿ ਸਲਾਮ ਦੇ ਦਾਦੇ ਨੇ ਅਬਦੁਲ ਮੁਤਲਬ ਨੇ ਖਾਬ ਵੇਖਿਆ, ਹਜ਼ੂਰ ਦੀ ਪੈਦਾਇਸ਼ ਤੋਂ ਪਹਿਲਾਂ ਦੀ ਗੱਲ, ਜ਼ਮਜ਼ਮ ਜਿਹੜਾ ਇਹ ਗੁੰਮ ਹੋ ਗਿਆ ਸੀ, ਇਹ ਕੂਆਂ ਜਿਹੜਾ ਬਣੂ ਖੁਦਾ ਜਿਸੇ ਗਾਇਆ ਅਤੇ ਇਹਨੂੰ ਗੁੰਮ ਕਰ ਗਿਆ, ਨਿਸ਼ਾਨ ਕੋਈ ਨਾ ਰਿਹਾ। ਹਜ਼ਰਤ ਅਬਦੁਲ ਮੁਤਲਬ ਨੇ ਵੇਖਿਆ ਖਾਬ ਦੇ ਅੰਦਰ ਵੀ ਜ਼ਮਜ਼ਮ ਦਾ ਕੂਆਂ ਇੱਥੇ ਆ ਅਤੇ ਇਹਨੂੰ ਕੱਢਣਾ ਚਾਹੀਦਾ ਦੁਬਾਰਾ। ਤਿੰਨ ਦਿਨ ਖਾਬ ਆਉਂਦਾ ਰਿਹਾ, ਫਿਰ ਇਹ ਵੀ ਖਾਬ ਦੇ ਅੰਦਰ ਉਹਨੇ ਵਾਰ ਵਾਰ ਸੋਚਣ ਵੀ ਹੁਣ ਕਿੱਥੇ ਕੱਢੀਏ। ਤਾਂ ਖਾਬ ਦੇ ਅੰਦਰ ਦੱਸਿਆ ਗਿਆ ਵੀ ਜਿਸ ਜਗ੍ਹਾ 'ਤੇ ਜਾਨਵਰ ਦਾ ਗੋਬਰ ਗਿਰੂਗਾ ਨਾ, ਔਰ ਉੱਥੇ ਚਿਉਂਟੀਆਂ ਦਾ ਬਿੱਲ ਖੁੱਡ ਹੋਊਗੀ, ਉੱਥੇ ਉਹ ਦੰਦ ਮਿਲਣਾ। ਇਹ ਹੈਰਾਨ ਵੀ ਹੁਣ ਹਰਮ ਸ਼ਰੀਫ ਦੇ ਅੰਦਰ ਜਾਨਵਰ ਦਾ ਗੋਬਰ ਕਿਸ ਤਰ੍ਹਾਂ ਹੋ ਸਕਦਾ, ਮਗਰ ਇਹ ਬੈਠੇ ਸੀ ਸਾਰੇ ਸਰਦਾਰ। ਇੱਕ ਗਾਏ ਨੂੰ ਲੋਕਾਂ ਨੇ ਛੁਰੀ ਫੇਰੀ ਮਗਰ ਪੂਰੀ ਨਾ ਫੇਰੀ, ਉਹ ਛੁੱਟ ਕੇ ਦੌੜ ਆਈ ਔਰ ਆ ਕੇ ਮਸਜਿਦ ਹੈਰਾਨ ਡਿੱਗ ਗਈ, ਔਰ ਉਹਦਾ ਗੋਬਰ ਵੀ ਨਿਕਲ ਗਿਆ। ਇਹਨਾਂ ਆਖਿਆ ਇੱਕ ਨਿਸ਼ਾਨੀ ਪੂਰੀ ਹੋ ਗਈ, ਥੋੜ੍ਹਾ ਜਿਹਾ ਖੋਦਿਆ ਤਾਂ ਉੱਥੇ ਕੀੜੀਆਂ ਦਾ ਵੀ ਪੌਣ ਨਿਕਲਿਆ। ਕੁਫਾਰ ਜਿਹੜੇ ਸੀ ਬਾਕੀ ਸਰਦਾਰ ਉਹਨਾਂ ਕਿਹਾ ਯਾਰ ਅਬਦੁਲ ਮੁਤਲਬ ਤੂੰ ਪਾਗਲ ਹੋਇਆ, ਮੈਂ ਮਸਜਿਦ ਦੇ ਅੰਦਰ ਇਹ ਤੂੰ ਪੁੱਟਣਾ ਸ਼ੁਰੂ ਕਰ ਦਿੱਤਾ, ਤੈਨੂੰ ਕੀ ਪਤਾ ਦਮਦਮ ਕਿੱਥੇ ਆ ਕਿ ਨਹੀਂ, ਨਹੀਂ ਫਿਰ ਨਿਕਲ ਆਇਆ। ਇਹਨਾਂ ਨੇ ਮੰਨਤ ਮੰਨੀ ਉਸੇ ਬਈ ਜੇ ਅੱਲਾਹ ਤਾਲਾ ਮੈਨੂੰ 10 ਬੇਟੇ ਦੇਵੇ ਨਾ ਤਾਂ ਮੈਂ ਫਿਰ ਕੁਰਾ ਪਾ ਕੇ ਜਿਹੜਾ ਕੁਰਾ ਨਿਕਲੇ ਉਹਨੂੰ ਅੱਲਾਹ ਦੇ ਰਸਤੇ ਜ਼ਬਾ ਕਰੂੰਗਾ। ਜਦੋਂ ਫਿਰ ਜ਼ਮਦਮ ਹੀ ਬਣ ਗਿਆ, 10 ਬੇਟੇ ਵੀ ਹੋ ਗਏ, ਉਹਨਾਂ 10 ਬੇਟਿਆਂ 'ਤੇ ਕੁਰਾ ਪਾਇਆ ਅਤੇ ਕੁਰਾ ਟਾਸ ਜਿਹੜਾ ਸੀ ਰਸੂਲ ਕਰੀਮ ਅਲੈਹਿ ਸਲਾਮ ਦੇ ਵਾਲਦੇ ਮੁਹਤਰਮ ਦਾ ਨਿਕਲਿਆ, ਹਜ਼ਰਤ ਅਬਦੁੱਲਾ ਦਾ ਨਿਕਲਾਇਆ। ਉਹਨਾਂ ਦੇ ਮਾਮੂ ਆ ਗਏ, ਉਹਨਾਂ ਨੇ ਅੱਗੇ ਅਬਦੁੱਲਾ ਨੂੰ ਅਸੀਂ ਜ਼ਬਾ ਨਹੀਂ ਹੋਣ ਦੇਣਾ, ਤੂੰ ਜੋ ਮਰਜ਼ੀ ਹੋਰ ਖੈਰ ਖਰਾਬ ਕਰਦਾ, ਫਿਰ ਅਸੀਂ ਆਪਣੇ ਭਾਂਜੇ ਨੂੰ ਜ਼ਬਾ ਹੋਣ ਦਿੰਦੇ। ਇਸ ਆਖਿਆ ਯਾਰ ਮੈਂ ਮੰਨਤ ਮੰਨੀ ਹੈ ਰੱਬ ਨਾਲ ਵਾਅਦਾ ਸੀ, ਉਹ ਕਹਿਣਗੇ ਨਹੀਂ ਤੂੰ ਇਸ ਪਾਸੇ ਊਂਟ ਲਿਖੀ ਜਾ ਪਰਚੀ, ਇੱਕ ਪਾਸੇ ਅਬਦੁੱਲਾ ਲਿਖੀ ਜਾ। ਜਦੋਂ ਪਰਚੀ ਨਿਕਲ ਆਈ ਨਾ ਊਂਟਾਂ ਵਾਲੀ, ਤੂੰ ਉਹਨੇ ਊਂਟ ਜ਼ਬਾ ਕਰਨੀ, ਅਬਦੁੱਲਾ ਨਹੀਂ ਅਸੀਂ ਜ਼ਬਾ ਹੋਣ ਦੇਣਾ। 10 ਊਂਟ ਫਿਰ ਜ਼ਿਆਦਾ ਜ਼ਿਆਦਾ 100 ਅਤੇ ਫਿਰ ਪਰਚੀ ਊਂਟਾਂ ਦੀ ਨਿਕਲੀ। ਇਹਨਾਂ ਨੇ ਆਖਿਆ ਐਵੇਂ ਚਾਨਸ ਜਾ ਦੁਬਾਰਾ ਪਾਈ, ਫਿਰ ਊਂਟ ਹੀ, ਫਿਰ ਊਂਟ ਹੀ, 100 ਊਂਟ ਕੁਰਬਾਨ ਕਰਤਾ। ਹਜ਼ਰਤ ਅਬਦੁੱਲਾ ਜਿਹੜੇ ਸੀ ਉਹ ਜ਼ਬਾ ਤੋਂ ਬਚ ਗਏ। ਇਸ ਤੋਂ ਇਹਨਾਂ ਦੇ ਹਜ਼ਰਤ ਮਾਵੀਆ ਰਜ਼ੀ ਅੱਲਾਹ ਤਾਲਾ ਅਨਹੁ ਬੈਠੇ ਸੀ ਅਤੇ ਲੋਕਾਂ ਨੇ ਸਵਾਲ ਕੀਤਾ ਵੀ ਦਬਾ ਜਿਹੜਾ ਹੋਇਆ ਇਸਮਾਈਲ ਅਲੈਹਿ ਸਲਾਮ ਹੋਇਆ ਕਿ ਇਸਹਾਕ ਅਲੈਹਿ ਸਲਾਮ ਹੋਇਆ, ਇਬਰਾਹਿਮ ਅਲੈਹਿ ਸਲਾਮ ਦੇ ਬੇਟਿਆਂ 'ਚੋਂ ਸਾਡੇ 'ਚ ਮਸ਼ਹੂਰ ਗੱਲ ਇਹ ਜਿਹਨਾਂ ਹਜ਼ਰਤ ਇਸਮਾਈਲ ਹੋਇਆ, ਪਰ ਇਸਲਾਮ 'ਤੇ ਰੌਲਾ ਇਹਦਾ ਬੜਾ, ਕੁਰਾਨ ਪਾਕ ਨਾਂ ਨਹੀਂ ਨਾ ਆਇਆ। ਇਸ ਪਾਰੋਂ ਆਲਮਾਂ ਦਾ ਬਹੁਤ ਝਗੜਾ ਅਤੇ ਜ਼ਬਾ ਕੌਣ ਹੋਇਆ, ਬਹੁਤੇ ਜਿਹੜੇ ਬੜੇ ਬੜੇ ਉਹ ਹਜ਼ਰਤ ਇਸਹਾਕ ਜਾਂਦੇ, ਪੀਰਾਂ ਨੇ ਪੀਰ ਸ਼ੇਖ ਅਬਦੁੱਲ ਕਾਦਰ ਜੀਲਾਨੀ ਵੀ ਲਿਖਦੇ ਮੈਂ ਮੁਸਲਮਾਨ ਇਸਮਾਈਲ ਬਾਂਦੇ ਜ਼ਬਾ ਦੇ ਸਾਕ ਹੋਏ, ਔਰ ਉਹਦੇ ਵੀ ਸ਼ੇਖ ਅਬਦੁੱਲਾ ਬੜੇ ਹੈਰਾਨ ਆ ਕਿ ਯਾਰ ਹਜ਼ਰਤ ਜੀਲਾਨੀ ਵੀ ਆਖਿਆ ਵੀ ਸਾਕ ਹੀ। ਤਾਂ ਇਮਾਮ ਕੁਰਤਬੀ
ਮੁਹਿੱਬਦੀਨ ਤਬਰੀ ਸਭ ਦਾ ਖਿਆਲ ਹੈ ਕਿ ਉਹ ਹਜ਼ਰਤ ਇਸਾਕ ਨੂੰ। ਸੋ ਇਹ ਰੌਲਾ ਜਿਸ ਹਜ਼ਰਤ ਮੁਆਵੀਆ ਦੇ ਸਾਹਮਣੇ ਆਇਆ, ਉਹਨਾਂ ਆਖਿਆ ਯਾਰ ਮੈਂ ਹੱਲ ਕਰ ਦੇਣਾ। ਨਬੀ ਅਲੈਹਿ ਸਲਾਮ ਦੇ ਸਾਹਮਣੇ ਇੱਕ ਬੱਦੂ ਆਇਆ ਸੀ ਤਾਂ ਉਹਨੇ ਆਖਿਆ ਸੀ ਸਲਾਮ ਔਰ ਐਕਾ ਯਮਨ ਜ਼ਬੀ ਹੈ, ਸਲਾਮ ਹੋਵੇ ਤੇਰੇ 'ਤੇ ਜਿਹੜਾ ਦੋ ਜ਼ਬਾ ਹੋਇਆ ਦਾ ਬੇਟਾ। ਪੁੱਛਿਆ ਲੋਕਾਂ ਨੇ ਦੋ ਜ਼ਬਾ ਕਿਹੜੇ, ਵਰਨਾ ਇੱਕ ਇਸਮਾਈਲ ਸੀ, ਇੱਕ ਮੇਰਾ ਬਾਪ ਅਬਦੁੱਲਾ ਸੀ ਜਿਹੜਾ ਜ਼ਬਾ ਹੋਣ ਤੋਂ ਬਚ ਗਿਆ, ਵਰਨਾ ਮੇਰਾ ਦਾਦਾ ਕਰ ਦੇਣ ਲੱਗਾ। ਤਾਂ ਇਹ ਵੀ ਕਹਾਣੀ ਝੂਠੀ ਹੈ, ਬਿਲਕੁਲ ਬਾਤਲ ਹੈ। ਨਾ ਇਹ ਕੋਈ ਜ਼ਮਜ਼ਮ ਦਾ ਕਿੱਸਾ, ਨਾ ਹਜ਼ਰਤ ਅਬਦੁੱਲਾ ਦੀ ਇਹ ਕੁਰਬਾਨੀ ਵਾਲਾ ਵਾਕਿਆ, ਇਹ ਅਫਸਾਨੇ ਅੱਜ ਤੁਹਾਨੂੰ ਸੁਣਾ ਰਿਹਾ ਵੀ ਮਿਲਾਦ ਦੇ ਨਾਂ 'ਤੇ ਦੀਨ 'ਤੇ ਇੰਨਾ ਮਜ਼ਾਕ ਬਣਾਇਆ। ਮੈਂ ਜਿਹੜਾ ਨਬੂਵਤ ਮਿਲੀ 40 ਸਾਲ ਬਾਅਦ ਉਹਦਾ ਜ਼ਿਕਰ ਨਹੀਂ, ਕਿ ਦੀਨ ਆਪਣੇ ਜੋ ਦੱਸਿਆ ਉਹਦੀ ਫਿਕਰ ਕਰੀਏ, ਕਿਸੇ ਪਰ ਦਿੱਤੀ।